नमस्कार, आदाब, सत श्री अकाल आप सभी को। राधा स्वामी सिटी मैम में आप सभी का स्वागत है और मैं हूं आपके साथ प्रीति चंद्रा। राधा स्वामी सत्संग व्यास रूहानियत से जुड़ी राहत सामग्री अपने ऑफिशियल वेबसाइट व यूट्यूब चैनल के माध्यम से लगातार संगत को पहुंचा रही है, जिसके लिंक हमने आपको नीचे डिस्क्रिप्शन में भी दिए हैं। संगत जी, मौके पर भले किसी एक ने सवाल पूछा हो, लेकिन बाबा जी के जवाब से असीमित लोगों की शंकाओं का समाधान होता है। आपके मन में भी कोई सवाल या शंका होगी तो उसका जवाब भी आपको यहाँ मिल जाएगा। ऐसे ही कुछ महत्वपूर्ण सवाल और शंका को लेकर इस वीडियो में बाबा जी ने क्या जवाब दिए हैं आपको दिखाएं। हुजूर, मैं विनती करना चाहूंगा ऑन द सब्जेक्ट ऑफ विनती एंड फॉरगिवनेस या बख्शिश। ਤੁਸੀਂ ਸਮਝਾਉਂਦੇ ਹੋ ਕਿ ਅਸਲ ਬੇਨਤੀ ਤੋਂ ਸਿਮਰਨ ਭਜਨ ਹੈ, ਉਹ ਠੀਕ ਹੈ, ਪਰ ਜਿਸ ਬੰਦੇ ਦਾ ਵਿਵੇਕ ਠੀਕ ਹੈ ਉਹ ਕੋਈ ਗਲਤੀ ਕਰ ਲੈਂਦਾ, ਉਸ ਤੋਂ ਬਾਅਦ ਆਪਣੇ ਆਪ ਨੂੰ ਸੁਧਾਰ ਲੈਂਦਾ, ਤੌਬਾ ਕਰ ਲੈਂਦਾ, ਮੱਚ ਬੈਟਰ। ਪਰ ਆਮ ਇਨਸਾਨ ਕੋਲ ਗਲਤੀਆਂ ਹੋ ਜਾਂਦੀਆਂ, ਉਹ ਸੱਚੇ ਦਿਲੋਂ ਮਾਲਕ ਅੱਗੇ ਬੇਨਤੀ ਕਰਦਾ ਕਿ ਮੈਨੂੰ ਬਖਸ਼ ਲਓ। ਉਸ ਅਵਸਥਾ ਦੇ ਵਿੱਚ ਮਾਲਕ ਦੀ ਬਖਸ਼ਿਸ਼ ਕੀ ਰੋਲ ਪਲੇ ਕਰਦੀ? ਦੇਖੋ, ये सारी चीज स्टेम करती है कि साड़ी अरदास की है, साड़ी बेनती की है, साड़ा प्रेयर की है। हुन प्रेयर दे डिफरेंट लेवल्स है, इस बेनती दे डिफरेंट लेवल्स है। शुरुआत विच देखो मावां की करदियां है, बच्चे नूं भावें समझ भी ना होवे, असीं छोटे सी साड़ी नानी सानू जपजी साहब दा पाठ करांदी हुंदी सी, हालांकि उस अवस्था विच तां सानू समझ भी नहीं आंदी सी कि असीं की दोहरा रहे हैं। मगर उहदे नाल इक फिर इहो जिहा ਅਸੀਂ ਜੁੜ ਜਾਂਦੇ ਹਾਂ, ਔਰ ਜਿਵੇਂ ਜਿਵੇਂ ਵੱਡੇ ਹੁੰਦੇ ਹਾਂ ਫਿਰ ਮਨ 'ਚ ਇੱਕ ਇੱਛਾ ਆਉਂਦੀ ਹੈ ਕਿ ਇਹ ਜਿਹੜੀ ਚੀਜ਼ ਮੈਂ ਦੁਹਰਾ ਰਿਹਾ ਇਹਦਾ ਕੀ ਮਤਲਬ ਹੈ। ਸੋ ਸ਼ੁਰੂਆਤ ਵਿੱਚ ਜੋ ਵੀ ਪ੍ਰੇਅਰ ਹੈ ਉਹ ਭਾਵੇਂ ਸੋਚੀਏ ਨਾ ਸੋਚੀਏ, ਗ੍ਰੰਥਾਂ ਪੋਥੀਆਂ ਨੂੰ ਪੜ੍ਹਨਾ ਹੈ, ਕੋਈ ਚੀਜ਼ ਦੁਹਰਾਉਣਾ ਹੈ, ਉਹਨੂੰ ਅਸੀਂ ਮੰਨ ਲੈਂਦੇ ਹਾਂ ਕਿ ਇਹ ਸਾਡੀ ਪ੍ਰਾਰਥਨਾ ਹੈ, ਸਾਡੀ ਬੇਨਤੀ ਹੈ। ਮਗਰ ਜਿਵੇਂ ਜਿਵੇਂ ਅੱਗੇ ਵੱਧਦੇ ਹਾਂ ਸਾਡੇ ਅੰਦਰ ਥੋੜ੍ਹੀ ਜਿਹੀ ਜਾਗਰਤਾ ਆਉਂਦੀ ਹੈ, ਮਨ ਵਿੱਚ ਇੱਕ ਇੱਛਾ ਉੱਠਦੀ ਹੈ ਕਿ ਅਸੀਂ ਸਮਝੀਏ ਕਿ ਅਸੀਂ ਕੀ ਬੋਲ ਰਹੇ ਹਾਂ, ਕੀ ਅਰਦਾਸ ਕਰ ਰਹੇ ਹਾਂ। ਸਵਾਲ ਇਹ ਪੈਦਾ ਹੁੰਦਾ ਕਿ ਮਾਲਕ ਜੇ ਦੇਣ ਦੀ ਤਾਕਤ ਰੱਖਦਾ ਹੈ ਤਾਂ ਕੀ ਜਾਣਨ ਦੀ ਤਾਕਤ ਨਹੀਂ ਰੱਖਦਾ? ਉਹਨੂੰ ਕੀ ਸਾਡੀ ਅਵਸਥਾ ਦਾ ਪਤਾ ਨਹੀਂ ਗਾ? ਔਰ ਜੇ ਉਹ ਦੇ ਸਕਦਾ ਹੈ ਤਾਂ ਉਹ ਜਾਣ ਵੀ ਸਕਦਾ ਹੈ? ਤਾਂ ਇਹ ਅਸੀਂ ਆਪਣੇ ਮਨ ਦੀ ਸ਼ਾਂਤੀ ਵਾਸਤੇ ਕਰਦੇ ਹਾਂ। ਸਾਡੇ ਮਨ ਵਿੱਚ ਜਦੋਂ ਬੇਚੈਨੀ ਹੁੰਦੀ ਹੈ ਆਪਣੇ ਮਨ ਨੂੰ ਸ਼ਾਂਤ ਕਰਨ ਵਾਸਤੇ, ਅਸੀਂ ਹੁਣ ਜਿਵੇਂ ਕੋਈ ਗਲਤ ਕੰਮ ਹੋ ਗਿਆ ਜਾਂ ਕਿਸੇ ਨੂੰ ਦੁੱਖ ਅਸੀਂ ਦਵਾਤਾ, ਹੁਣ ਮਨ 'ਚ ਹੁੰਦਾ ਕਿ ਮੈਂ ਉਸ ਤੋਂ ਜਾ ਕੇ ਮਾਫ਼ੀ ਮੰਗਾਂ। ਹਾਲਾਂਕਿ ਸੱਚੀ ਮਾਫ਼ੀ ਤਾਂ ਇਹ ਹੈ ਕਿ ਆਪਾਂ ਉਸ ਚੀਜ਼ ਤੋਂ ਸਿੱਖ ਕੇ ਉਹਨੂੰ ਨਾ ਦੁਹਰਾਈਏ, ਮਗਰ ਜ਼ੁਬਾਨ ਦੇ ਨਾਲ ਵੀ ਮਨ ਨੂੰ ਸ਼ਾਂਤੀ ਮਿਲਦੀ ਹੈ ਕਿ ਮੈਂ ਮਾਫ਼ੀ ਮੰਗ ਲਈ, ਚਲੋ ਮੇਰਾ ਬੋਝ ਹਲਕਾ ਹੋ ਗਿਆ। ਮਗਰ ਜੇ ਅਸੀਂ ਉਸ ਚੀਜ਼ ਨੂੰ ਦੁਬਾਰਾ ਦੁਹਰਾਤਾ ਤਾਂ ਫਿਰ ਮਾਫ਼ੀ ਦਾ ਤਾਂ ਕੋਈ ਮਤਲਬ ਨਾ ਹੋਇਆ ਜੀ। ਸੋ ਜਿਹੜੀ ਸੱਚੀ ਅਰਦਾਸ ਹੈ ਸਾਨੂੰ ਲਫ਼ਜ਼ਾਂ ਵਿੱਚ ਲਿਆਉਣ ਦੀ ਲੋੜ ਨਹੀਂ, ਬਿਨ ਬੋਲੇ ਸਭ ਕੁਛ ਜਾਣਦਾ ਕਿਸ ਆਗੇ ਕੀ ਜੀ ਅਰਦਾਸ, ਉਹ ਜਾਣਦਾ ਸਾਰਾ ਕੁਛ। ਇਹ ਆਪਣੇ ਮਨ ਦੀ ਸ਼ਾਂਤੀ ਵਾਸਤੇ ਹੈ, ਇਹ ਨਹੀਂ ਕਿ ਉਹਨੂੰ ਨਹੀਂ ਪਤਾ ਜੀ। ਉਹਨੂੰ ਸਾਡੇ ਸਾਰਿਆਂ ਦੀ ਅਵਸਥਾ ਪਤਾ ਹੈ। ਆਪਣੇ ਗਿਲਟ ਵਾਸਤੇ, ਆਪਣੇ ਮਨ ਦੀ ਸ਼ਾਂਤੀ ਵਾਸਤੇ ਅਸੀਂ ਲਫ਼ਜ਼ਾਂ ਦਾ ਇਸਤੇਮਾਲ ਕਰਦੇ ਹਾਂ, ਮਗਰ ਜੋ ਸਭ ਤੋਂ ਵੱਡੀ ਪ੍ਰੇਅਰ ਹੈਗੀ ਹੈ, ਸਭ ਤੋਂ ਵੱਡੀ ਅਰਦਾਸ ਹੈ, ਉਹ ਜਦੋਂ ਅਸੀਂ ਚੁੱਪ ਕਰਕੇ ਉਹਦੀ ਹਾਜ਼ਰੀ, ਉਹਨੂੰ ਹਾਜ਼ਰ ਨਾਜ਼ਰ ਮੰਨ ਕੇ ਉਹਦੇ ਹੁਕਮ ਵਿੱਚ ਰਹਿਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਸਭ ਤੋਂ ਵੱਡੀ ਬੇਨਤੀ ਹੈ। ਇਹ ਬਾਕੀ ਜਿਹੜੀਆਂ ਚੀਜ਼ਾਂ ਹੈ ਤੁਸੀਂ ਕਹਿ ਲਓ ਮਨ ਨੂੰ ਸ਼ਾਂਤ ਕਰਨ ਵਾਸਤੇ, ਕਿਉਂਕਿ ਸਾਡਾ ਜਿਹੜਾ ਦਾਇਰਾ ਹੈਗਾ ਉਹ ਜਿਸਮਾਨੀ ਦਾਇਰਾ ਹੈ, ਜਿੰਨਾ ਚਿਰ ਕੁਛ ਬੋਲੀਏ ਨਾ ਕੁਛ ਕਹੀਏ ਨਾ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਜੀ। ਇਸੇ ਕਰਕੇ ਇਹ ਬਾਹਰ ਅਸੀਂ ਅਰਦਾਸਾਂ ਕਰਦੇ ਹਾਂ, ਮਗਰ ਉਹ ਤਾਂ ਜਾਣਦਾ ਹੈ ਨਾ ਜੀ। ਤੇ ਜੇ ਅਸੀਂ ਸੱਚੇ ਦਿਲੋਂ ਅਸੀਂ ਕਿਸੇ ਗਲਤੀ ਕਰਕੇ ਮਨ ਵਿੱਚ ਹੈਗਾ ਕਿ ਮੇਰੇ ਤੋਂ ਗਲਤੀ ਹੋ ਗਈ, ਅੱਗੇ ਤੋਂ ਮੈਂ ਬਚਾਓ ਰੱਖਣਾ ਹੈਗਾ, ਬਖਸ਼ ਦੇਗਾ ਬਾਬਾ ਜੀ, ਹੈ ਉਹ ਗੁਨਾਹ ਬਖਸ਼ ਦੇਗਾ। ਉਹਦੇ ਕੁਛ ਹੈ, ਉਹਦੇ ਕੋਲ ਹੈ ਹੀ ਪਿਆਰ ਔਰ ਬਖਸ਼ਿਸ਼ ਜੀ, ਉਹ ਤਾਂ ਪਿਆਰ ਦਾ ਸਾਗਰ ਹੈ ਨਾ ਜੀ, ਹੋਰ ਉਹਦੇ ਕੋਲ ਤਾਂ ਹੈ ਹੀ ਨਹੀਂ। ਜੇ ਮਾਲਕ ਪਰਖ ਕਰਨ ਲੱਗ ਪਿਆ ਤਾਂ ਫਿਰ ਬਖਸ਼ੂਗਾ ਕੌਣ ਜੀ? ਮਾਲਕ ਨਹੀਂ ਪਰਖ ਕਰਦਾ। ਇਹ ਪਰਖਾਂ ਵਿੱਚ ਸਾਡਾ ਆਪਣਾ ਮਨ ਸਾਨੂੰ ਲੈ ਕੇ ਆਉਂਦਾ ਜੀ।
मन चैन दे नाल नहीं जीण दिंदा। सो तंग साडा मन करदा, मालिक नहीं करदा। मालिक तो हर वक्त बख्शन नूं तैयार है। आपां उस द प्रोडिगल सन की कहानी पढ़ी है कि बाप तो इंतजार विच बैठा सी कि वह वापस आवे, वो अपनी गिल्ट विच बैठा सी कि मैं किवें जाऊँगा, किस मूँह दे नाल जाके माफ़ी मंगूंगा। पर जिस दिन वो वापस आया उन्हें तो उस वक्त उन्हें छाती दे नाल ला लिया ना। तो वड्डे महाराज जी क्या करते सन कि भावें तुसी अपने औगण लैके आओ, गुण लैके आओ, आओ तो सही। सो अगर आपां उहदी शरण विच आवांगे, उहदे अगे भावें चलो लफ्ज़ां दीआं बेनतियां कर लईए, लफ्ज़ां दे नाल अरदासां कर लईए, मगर वह तो मन की अवस्था जानता है ना कि किहड़े असी भावना दे नाल अरदास कर रहे हैं और असल की मांग रहे हैं और असल की चाहते हैं। थैंक यू बाबा जी। अगर आपको सवाल जवाब का ये वीडियो पसंद आया तो प्लीज लाइक एंड शेयर जरूर करें। और हाँ, अगर अभी तक आपने हमारे चैनल को सब्सक्राइब नहीं किया तो राधा स्वामी सिंह व्यास से जुड़ी हर अपडेट पाने के लिए सबसे पहले हमारे चैनल को अभी सब्सक्राइब करें।